ओहो आत भांडे मांजे आ तो मैनू की फिर कोई गल उ चुक के रख लो। हाँ मैनू फिर दोबारा करने पड़ने झूठे भांडे बिच रखते आ। फिर की हो गया वा गलती हो गई जो रख लो। हाँ तुझे जब मैं गाली पै दिने आ तू भी थोड़ा ध्यान दे लिया करो ना। मैं कोड़ी की डर लंदा काम कोई करना नहीं तो वादू का पंगा पा जाना। ਉੱਠੇ ਕਰ 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 ਰੱਖੀ ਜਾਣੇ ਹੁੰਦੇ ਆ ਨਾ ਲਾਗੋ ਕੰਮ ਕਰਾਉਣਾ ਨਾ ਕੁਛ ਹੋਰ ਸਾਰਾ ਦਿਨ ਬੈਠੇ ਰਹਿਣਾ ਬਸ ਵਿਹਲੇ ਕਹੋ ਕੁਛ ਤੇ ਮੂੰਹ ਵੱਟ ਲੈਣਾ। ਇਹ ਵਿਹਲੀ ਰੱਖੀ ਮੇਰੇ ਕਰਮਾਂ ਨੂੰ ਇੱਥੇ ਲੈ ਹੁਣ ਭਾਬੀ ਦਾ ਮੰਮੀ ਦਾ ਫੋਨ ਆ ਗਿਆ ਵਾ ਮੈਂ ਦੱਸਦੀ ਆਵਾਂ। ਭਾਬੀ ਤੁਹਾਡੀ ਮੰਮੀ ਦਾ ਫੋਨ ਆਉਣ ਡਿਆ ਵਾ। ਆਹ ਦੋ ਰੋਟੀਆਂ ਵੇਖ ਦੋ ਫਿਰ ਚੱਲ ਵੀ ਵੇਖ ਦੇ। ਇੱਕ ਘੰਟਾ ਲੱਗੀ ਰਹਿਣਾ ਵਾ ਸਾਰਾ ਕੰਮ ਮੈਨੂੰ ਕਰਨਾ ਪੈਣਾ ਵਾ। ਲੱਗਦਾ ਫੋਨ ਕੱਟਿਆ ਗਿਆ ਮੰਮੀ ਦਾ ਮੈਂ ਆਪ ਹੀ ਲਾ ਲਾਂ। ਭਾਬੀ ਤੇਰੀ ਕਿੱਥੇ ਰੋਟੀਆਂ ਤੂੰ ਲਾਉਣ ਨਹੀਂ? ਉਹ ਤੇ ਏਸੀ ਵਾਲੇ ਕਮਰੇ 'ਚ ਬੈਠੇ ਆ। ਤੇ ਤੇਰੇ ਪੇਪਰ ਤੈਨੂੰ ਨਹੀਂ ਪਤਾ? ਤੇ ਹੁਣ ਮੈਂ ਕੀ ਕਰਨਾ ਕੰਮ ਤੇ ਕਰਨਾ ਹੀ ਪੈਣਾ ਨਾ ਹੁਣ ਜਦੋਂ ਉਹ ਬੈਠੇ ਆ ਫੋਨ ਤੇ ਲੱਗੇ ਰਹਿੰਦੇ ਆਪਣੀ ਮੰਮੀ ਦੇ ਨਾਲ। ਕੋਈ ਨਹੀਂ ਕਰਦਾ ਗੱਲ ਉਹਨਾਂ ਪਹਿਲੋਂ ਮੈਂ। ਚੱਲ ਰਹਿ ਲੈ ਤੁਸੀਂ ਨਾਲ ਗੱਲ ਕਰਿਓ। ਮਜ਼ਾ ਆ ਰਿਹਾ ਵਿਹਲੀ ਬੈਠੀ ਰਹਿੰਦੀ ਹੈ। ਹਾਂਜੀ ਹਾਂਜੀ ਠੀਕ ਚਲੋ ਠੀਕ ਆ ਮੰਮਾ ਬਾਅਦ ਚ ਕਰੂੰਗੀ ਠੀਕ ਆ। ਤੂੰ ਬਸ ਫੋਨ ਤੇ ਲੱਗਿਆ ਰਹਿ ਕਰ ਸਾਰਾ ਦਿਨ ਚੰਗਾ। ਹਾਂ ਤੁਹਾਨੂੰ ਉਹ ਨਿਆਣੀ ਕੰਮ ਕਰਨੀ ਪੇਪਰ ਸਿਰ ਤੇ ਉਹਦੇ ਤੂੰ ਫਿਰ ਉਹ ਵੀ ਕੰਮ ਕਰਦੀ। ਸਿਆਜ ਦੋ ਰੋਟੇ ਰਹਿ ਗਏ ਮੰਮੀ ਦਾ ਫੋਨ ਸੁਣ ਨਹੀਂ ਜੋ ਮੈਨੂੰ ਦਿਖਿਆ ਮੈਂ ਉਹ ਬੋਲਣਾ ਚੰਗਾ। ਉਹ ਸਾਰਾ ਤੇਰਾ ਸਾਰਾ ਦਿਨ ਫੋਨ ਨਹੀਂ ਮੁੱਕਦਾ ਤੇਰਾ। ਮੈਂ ਸਾਰੇ ਕੰਮ ਕਰਦੀ ਕਰਦੇ ਫਿਰ ਵੀ ਤੂੰ ਮੈਂ ਤਾਂ ਵੇਖਿਆ ਨਹੀਂ ਕਦੀ ਤੈਨੂੰ। ਆਓ ਤੂੰ ਨਹੀਂ ਨਾ ਵੇਖਦੇ ਜਾ ਕੰਮ ਕਰ ਤੇ ਪੜਨ ਦੇ ਉਹਨੂੰ। ਤੂੰ ਤਾਂ ਆਪਣੀ ਭੈਣ ਦਾ ਬੱਠ ਲੈਣਾ ਬਸ। ਮੰਮੀ ਮੇਰੀ ਗੱਲ ਸੁਣੋ ਵੀ ਹੁਣ ਇਹ ਨਵੀਂ ਆਈ ਹੈ ਨਾ ਭਾਬੀ ਤੇ ਇਹ ਨਾ ਹੋਵੇ ਕਿ ਤੁਸੀਂ ਇਹਨੂੰ ਭੂਏ ਜਿਹੜਾ ਛੜਿਓ ਵੀ ਤੇ ਇਹਨੂੰ ਕੁਛ ਕਿਹੋ ਵੀ ਨਾ। ਕੋਈ ਨਾ ਮੈਂ ਪੂਰਾ ਦਬਕਾ ਰੱਖੂੰਗੀ। ਹਾਂ ਇੱਦਾਂ ਦਬਕਾ ਰੱਖਣਾ ਕਿਉਂਕਿ ਇਹ ਕੱਲ੍ਹ ਨੂੰ ਤਾਂ ਮੇਰਾ ਵਿਆਹ ਹੋਣਾ ਤੁਹਾਡੇ ਭੋਲੇ ਬਣਦਾ ਇਹਨੇ ਫੈਰਾ ਚੁੱਕ ਕੇ ਤੇ ਇਹਨੇ ਤੁਹਾਡੇ ਕੋਲ ਸਾਰੇ ਕੰਮ ਕੁੰਮ ਕਰਾਇਆ ਕਰਨੇ ਆ।
ਕੋਈ ਨਹੀਂ ਮੈਂ ਪੂਰਾ ਦਬਕਾ ਰੱਖੂੰਗੀ ਇਹਨੂੰ ਗੁੱਸੇ ਵੀ ਹੋਇਆ ਕਰਨਾ ਪਿਆਰ ਪਿਓਰ ਨਹੀਂ ਕਰਨਾ ਠੀਕ ਆ ਹਾਂ ਆਹੋ ਤੁਸੀਂ ਜੀ ਨੂੰ ਕੁਛ ਕਹਿੰਦੇ ਨਹੀਂ ਹੈਗੇ ਵੀ ਕੋਈ ਨਾ ਮੈਂ ਆਪਣੇ ਪੁੱਤ ਨੂੰ ਦੱਸਿਆ ਕਰੂੰਗੀ ਆਹੋ ਸਾਰੀਆਂ ਗੱਲਾਂ ਜਿਹੜੀਆਂ ਦੱਸਿਆ ਕਰਿਓ ਜਿਹੜੀਆਂ ਕਰਿਆ ਕਰੂਗੀ ਜਾਂ ਫੋਨ ਫਾਨ 'ਤੇ ਜਿੱਦਾਂ ਲੱਗਿਆ ਰਿਹਾ ਕਰੂਗੀ ਜਾਂ ਇੱਦਾਂ ਬੈਠੀ ਬੂਠੀ ਰਿਹਾ ਕਰੂਗੀ ਨਾ ਕੋਈ ਨਾ ਦੱਸਿਆ ਕਰੂੰਗੀ ਸਹਿਜ ਵੀਰੇ ਨੂੰ ਦੱਸਿਆ ਕਰਿਓ ਚੰਗਾ ਹਾਂ ਦੱਸਿਆ ਕਰੂੰਗੀ ਮੈਂ ਇਹਨੂੰ ਸੂਤਰ ਕਰ ਲਊਂਗੀ ਤੂੰ ਕੋਈ ਨਹੀਂ ਇਹਨਾਂ ਗੱਲਾਂ ਕਰੀ ਨਹੀਂ ਨਹੀਂ ਮੰਮੀ ਮੈਂ ਫਿਕਰ ਨਹੀਂ ਕਰਦੀ ਬਸ ਤੁਸੀਂ ਇੱਦਾਂ ਹੀ ਇਹਨੂੰ ਸੂਤਰ ਕਰਕੇ ਰੱਖਿਓ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਤਾਂ ਇਹੀ ਟੈਨਸ਼ਨ ਸੀ ਕਿ ਤੁਹਾਨੂੰ ਨਾ ਬਸ ਕੰਮ ਲਾਈ ਰੱਖਿਆ ਕਰੇ ਬਸ ਤੁਸੀਂ ਇੱਦਾਂ ਨਿੱਕੀ ਮੋਟੀ ਕੋਈ ਗੱਲ ਹੁੰਦੀ ਹੈ ਨਾ ਚੁੱਪ ਕਰਕੇ ਵੀਰੇ ਨੂੰ ਦੱਸ ਦਿਆ ਕਰਿਓ ਹਾਂ ਦੱਸ ਦਿਆ ਕਰੂੰ ਵੀਰੇ ਨੂੰ ਗੱਲ ਨਹੀਂ ਆਹੋ ਪਰ ਇਹਦੇ ਸਾਹਮਣੇ ਨਾ ਦੱਸਿਓ ਇੰਨੇ ਫਿਰ ਤੁਹਾਨੂੰ ਬੋਲਿਆ ਕਰਨਾ ਜੇ ਚੋਰੀ ਦੱਸਿਆ ਕਰੂੰਗੀ ਬਸ ਬਸ ਇੱਦਾਂ ਹੀ ਇੱਦਾਂ ਹੀ ਚਲਾਕੀਆਂ ਵਰਤਣੀਆਂ ਇਹਦੇ ਨਾਲ ਇਹਨੂੰ 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 ਸ਼ਾਇਦ ਇਹਦੇ ਥੱਲੇ ਲਾ ਕੇ ਰੱਖਣਾ ਵਾ ਕਿ ਇਹ ਸਾਨੂੰ ਬੋਲੇ ਨਾ ਠੀਕ ਆ ਬਣ ਗਈ ਰੋਟੀ ਹਾਂਜੀ ਬਣ ਗਈ ਆ ਕਾਹਦੀ ਬਣਾਈ ਸਬਜ਼ੀ ਪੜੋਲਾਂ ਦੀ ਪੜੋਲ ਬਣਾਈ ਤੈਨੂੰ ਪਤਾ ਤਾਂ ਹੈ ਮੈਂ ਖਾਂਦਾ ਨਹੀਂ ਐ ਫਿਰ ਕਿਉਂ ਧਰ ਕੇ ਬਹਿ ਨਹੀਂ ਐ ਤੇ ਖਾ ਕੇ ਵੇਖੋ ਬੜੇ ਸਵਾਦ ਆ ਕਿੱਦਾਂ ਦੇ ਲੱਗਣ ਡੇ ਆ ਮੈਂ ਨਹੀਂ ਖਾਣੀ ਰੋਟੀ ਪਤਾ ਨਹੀਂ ਨਾ ਮਾਮਾ ਧੀਆਂ ਨੇ ਕੀ ਸਿਖਾਇਆ ਆ ਮੈਂ ਸਬਜ਼ੀ ਬਣਾਈ ਸਬਜ਼ੀ ਨਹੀਂ ਪਸੰਦ ਆਈ ਉਹੀ ਇਹਨੇ ਬਣਾਈ ਹੁੰਦੀ ਮੰਮੀ ਨੇ ਤੇ ਉਹ ਝੱਟ ਖਾ ਲੈਣੀ ਸੀ ਮਗਰ ਹੀ ਲਾਇਆ ਆ ਮੇਰੇ ਤਾਂ ਕੋਈ ਚੀਜ਼ ਬਣਾਈ ਨਹੀਂ ਪਸੰਦ ਆਉਂਦੀ ਮੇਰੀ ਗੱਲ ਸੁਣੋ ਮੇਰਾ ਭਰਾ ਤੇ ਮੇਰੇ ਡੈਡੀ ਲੱਗੇ ਆਉਣ ਚੰਗੀ ਗੱਲ ਹੈ ਆਉਣ ਲੱਗੇ ਤੇ ਮੈਂ ਵੀ ਫੋਨ ਕਰਨ ਨਹੀਂ ਲੱਗਾ ਉਹਨਾਂ ਨੂੰ ਕਿਉਂ ਜਿਹੜਾ ਤੂੰ ਪਖੰਡ ਫੜਿਆ ਨਾ ਕੰਮ ਕਰਦੀ ਨਾ ਕੁਝ ਹੋਰ ਸਾਰਾ ਕੰਮ ਕਰਦੀ ਮੈਂ ਮੈਨੂੰ ਨਹੀਂ ਲੱਗਦਾ ਨਾ ਮੈਂ ਵੇਖਿਆ ਤੈਨੂੰ ਕਦੀ ਆਹੋ ਤੁਸੀਂ ਵੀ ਲੈ ਕੋਈ ਨਹੀਂ ਆ ਲੈਂਦੇ ਕਰਦੇ ਗੱਲ ਉਹਨਾਂ ਹੁਣ ਉਹਨਾਂ ਸਾਹਮਣੇ ਨਾ ਇੱਦਾਂ ਕਰੀ ਕਹੀ ਜਾ ਐਵੇਂ ਬਸ ਮੈਂ ਆਪੇ ਮੈਨੂੰ ਪਤਾ ਕੀ ਕਹਿਣਾ ਕੀ ਨਹੀਂ ਕਹਿਣਾ ਚੰਗਾ ਸਾਰਾ ਕੰਮ ਮੈਂ ਕਰਦੀ ਹੈਗੀ ਫਿਰ ਵੀ ਤੁਹਾਨੂੰ ਪਤਾ ਨਹੀਂ ਕਿਉਂ ਇੱਦਾਂ ਲੱਗਦਾ ਰਹਿੰਦਾ ਆ ਹੋਰ ਸੁਣਾ ਧੀਏ ਠੀਕ ਠਾਕ ਆ ਹਾਂ ਵਧੀਆ ਤੁਸੀਂ ਸੁਣਾਓ ਆਪਣੇ ਵੀ ਠੀਕ ਆ ਕਿੱਥੇ ਭਾਜੀ ਬਸ ਇੱਥੇ ਹੀ ਆ ਵੀ ਹੋਰ ਠੀਕ ਠਾਕ ਹਾਂ ਸਭ ਵਧੀਆ ਹੋਰ ਮੰਮੀ ਲੈਣਾ ਸੀ ਮੰਮੀ ਨੂੰ ਕੀ ਲਿਆਉਣਾ ਸੀ ਫਿਰ ਘਰ ਦਾ ਨਹੀਂ ਸਰਦਾ ਅੱਛਾ ਕੋਈ ਨਹੀਂ ਅਗਲੀ ਵਾਰ ਲੈਵਾਂਗੇ ਮੰਮੀ ਨੂੰ ਠੀਕ ਆ ਮੈਂ ਹੋਏ ਹੀ ਦੋਵੇਂ ਚਲੋ ਵਧੀਆ ਕੀਤਾ ਆਹੋ ਤੁਸੀਂ ਕਿਤੇ ਗੇੜਾ ਮਾਰਦੇ ਨਹੀਂ ਤੇ ਬਸ ਇੱਦਾਂ ਹੀ ਨਿਕਲਿਆ ਨਹੀਂ ਜਾਂਦਾ ਘਰੋਂ ਚਲੋ ਮੈਂ ਕਹਿੰਦਾ ਭਾਜੀ ਵਧੀਆ ਆ ਜਾ ਕਰੋ ਚਲੋ ਮੈਂ ਚਾਹ ਬਣਾ ਲਿਆ ਵਾਂ ਤੂੰ ਹੀ ਕੰਮ ਕਰਿਆ ਕਰ ਮੈਂ ਸਾਰਾ ਹੀ ਕੰਮ ਕਰਦੀ ਹਾਂ ਕੋਈ ਗੱਲ ਨਹੀਂ ਜੇ ਵੱਧ ਘੱਟ ਕਹਿ ਵੀ ਦਿੰਦਾ ਕੋਈ ਤੇ ਗੁੱਸਾ ਨਾ ਕਰਿਆ ਕਰ
ਚਲ ਉਦਾਂ ਭਾਅ ਜੀ ਦਾ ਸੁਭਾਅ ਇਦਾਂ ਦਾ ਨਹੀਂ ਹੈਗਾ, ਤੂੰ ਨਾ ਗੁੱਸਾ ਕਰਿਆ ਕਰ ਗੱਲ ਦਾ, ਠੀਕ ਆ? ਤੁਹਾਨੂੰ ਨਹੀਂ ਨਾ ਪਤਾ ਕੀ ਹੁੰਦਾ ਮੇਰੇ ਨਾਲ ਘਰੇ। ਚਲ ਕੋਈ ਗੱਲ ਨਹੀਂ, ਜੇ ਤੇਰੇ ਨਾਲ ਇਹ ਕੁਝ ਹੁੰਦਾ ਨਾ, ਇੱਕ ਦਿਨ ਨਾ ਇੱਕ ਦਿਨ ਸੱਚਾਈ ਸਾਹਮਣੇ ਆ ਹੀ ਜਾਣੀ ਆ। ਕਿੰਨੇ ਕੁ ਦਿਨ ਇਦਾਂ ਕੰਮ ਚੱਲੂਗਾ, ਕਿਸੇ ਨਾ ਕਿਸੇ ਦਿਨ ਪਤਾ ਲੱਗਣਾ ਹੀ ਆ ਉਹਨੂੰ। ਫਿਰ ਉਹ ਗੁੱਸਾ ਨਾ ਕਰਿਆ ਕਰੋ, ਕੋਈ ਗੱਲ ਨਹੀਂ, ਕੰਮ ਕਰਿਆ ਕਰ ਤੂੰ। ਤੂੰ ਸੱਚੀ ਨੀਤ ਨਾਲ ਕੰਮ ਕਰਦੀ ਹੈ ਨਾ, ਕੋਈ ਗੱਲ ਨਹੀਂ, ਰੱਬ ਤੇਰੇ ਨਾਲ ਆ। ਆਪੇ ਉਹਦੀਆਂ ਅੱਖਾਂ ਕਰੀ ਉਹਨੂੰ, ਜਦੋਂ ਸਾਰਾ ਕੁਝ ਪਤਾ ਲੱਗ ਜਾਣਾ ਫਿਰ ਸਾਰਾ ਕੁਝ ਸਹੀ ਹੋ ਜਾਣਾ। ਚੰਗਾ ਚੱਲ ਠੀਕ ਆ, ਫਿਰ ਅਸੀਂ ਚੱਲਦੇ ਆ। ਹੈਂ ਰਹਿ ਲਓ ਰਾਤ ਫਿਰ ਜਾਂਦੇ। ਨਹੀਂ ਰਾਤ ਨਹੀਂ ਘਰ ਰਹਿਣਾ, ਅਸੀਂ ਜਾਣਾ। ਤੁਸੀਂ ਤਾਂ ਛੇਤੀ ਤਰੀ ਗਏ, ਰੋਟੀ ਖਾ ਲਈ? ਨਹੀਂ ਨਹੀਂ ਕੋਈ ਨਹੀਂ। ਕੱਪ ਤੋੜ ਵੀ ਦਿੱਤਾ ਵਾ, ਟੁੱਟੇ ਹੱਥਾਂ ਨਾਲ ਤੂੰ ਕੰਮ ਕਰਨਾ ਹੁੰਦਾ ਵਾ। ਕੰਮ ਕਿੱਦਾਂ ਕਰਦੀ ਹੈ ਜੇ ਤੈਨੂੰ ਸਾਹਮਣੇ ਦਿਖਣ ਨਹੀਂ ਡਿਆ ਕਿ ਕੱਪ ਵਾ? ਮੈਂ ਜਾਣ ਕੇ ਤੋੜਿਆ ਆ। ਤੇ ਜਾਣ ਕੇ ਤੇ ਤੋੜਿਆ ਹੀ ਆ, ਜਦੋਂ ਤੈਨੂੰ ਪਤਾ ਕੱਪ ਉੱਥੇ ਪਿਆ ਵਾ ਤੇ ਤੂੰ ਧਿਆਨ ਨਾਲ ਕੰਮ ਕਰ ਲਾ ਮਾਸਾ। ਪਹਿਲਾਂ ਟੁੱਟਾ ਕੱਪ ਹੀ ਹੋਰ ਟੁੱਟ ਗਿਆ ਆ। ਪਹਿਲਾਂ ਟੁੱਟਾ ਕੱਪ ਸੀ ਇੱਥੇ, ਪਤਾ ਨਹੀਂ ਤੂੰ ਕੰਮ ਕਿੱਦਾਂ ਕਰਦੀ ਹੈ। ਜੇ ਰੋਟੀ ਪਾਣੀ ਉਹ ਦੇਖੋ ਸਵਾਦ ਨਹੀਂ ਬਣਦਾ, ਉਹ ਵਿਚਾਰਾ ਉਦਾਂ ਭਰਾ ਮੇਰਾ ਭੁੱਖਾ ਰਹਿੰਦਾ ਹਰ ਵੇਲੇ। ਨਹੀਂ ਕੱਪ ਹੀ ਟੁੱਟ ਗਿਆ, ਕੀ ਤੂੰ ਕਿੱਦਾਂ ਬੋਲਦੀ ਪਈ ਹੈ ਵੀਰੇ? ਮੈਂ ਬੋਲਣਾ ਥੋੜਾ ਨਹੀਂ, ਮੈਂ ਕਹਿੰਦੀ ਵੇ ਕੱਪ ਤੋਂ ਵੱਡੀ ਆ, ਤੂੰ ਤੂੰ ਕਰਕੇ ਬੋਲੀਦਾ ਇਦਾਂ। ਤੇ ਕੰਮ ਦੀ ਕੱਪ ਹੀ ਆ, ਇੱਕ 10 ਰੁਪਏ ਦਾ ਫਿਰ ਕੀ ਹੋ ਗਿਆ? ਤੂੰ ਤੋੜੀ ਜਾ, ਇੱਜ਼ਤ ਕਰਨੀ ਹੁੰਦੀ ਨਹੀਂ ਕਿਸੇ ਦੀ ਵੀਰੇ। ਤੂੰ ਤੇ ਪਤਾ ਨਹੀਂ ਕੀ ਉਹਨੇ ਅੱਜ ਮੈਂ ਅੱਖੀ ਵੇਖ ਲੈਣਾ ਸਾਰਾ ਕੁਝ, ਪਤਾ ਨਹੀਂ ਕੀ ਕਰ ਦਿੱਤਾ ਇਹਨੇ 2 ਮਹੀਨਿਆਂ ਦੇ ਵਿੱਚ ਆ ਕੇ। ਤੂੰ ਵੀ ਉਹਦੇ ਕੁਛ ਨਹੀਂ ਕੀਤਾ ਰਹਿੰਦਾ, ਤੇਰਾ ਦਿਮਾਗ ਖਰਾਬ ਹੋਇਆ ਵਾ। ਅੱਜ ਤੇ ਵੇਖ ਲਿਆ ਅੱਖੀ ਮੈਂ, ਕਿੱਦਾਂ ਤੂੰ ਤੂੰ ਕਰਕੇ ਬੋਲਣ ਡਈ ਉਹਨੂੰ। ਮੈਂ ਤਾਂ ਘਰ ਦੀਆਂ ਚੀਜ਼ਾਂ ਭਜਾਉਣ ਵਾਸਤੇ ਹੀ ਕਹਿਣ ਡਈ ਸੀ। ਤੇ ਤੇਰੇ ਕੋਲ ਟੁੱਟ ਜਾਂਦਾ ਤਾਂ ਫੇਰ ਤੈਨੂੰ ਇਦਾਂ ਬੋਲਦੀ ਉਹ ਤੇ ਫਿਰ ਤੈਨੂੰ ਗੁੱਸਾ ਨਹੀਂ ਲੱਗਦਾ? ਉਹ ਤੈਨੂੰ ਬੋਲ ਵੀ ਸਕਦੀ ਆ, ਛੋਟੀ ਆ ਤੂੰ। ਤੂੰ ਤੇ ਮੰਮੀ ਦੋਵੇਂ ਅੱਖਾਂ ਦੇ ਪਰਦਾ ਪਾਉਂਦੇ ਰਹੇ ਮੇਰੇ, ਹਨਾ? ਗਾਹ ਤੂੰ ਵੀ ਕਿਸੇ ਘਰ ਜਾਣਾ ਵਾ ਵੀਰ? ਮੈਂ ਪਰਦਾ ਨਹੀਂ ਪਾਉਣ ਡੀ ਹੈਗੀ। ਅੱਜ ਤੇ ਮੈਂ ਵੇਖ ਲਿਆ ਵਾ, ਹੁਣ ਬੋਲ ਮੇਰੇ ਸਾਹਮਣੇ ਫਿਰ, ਜੇ ਤੈਨੂੰ ਏਡਾ ਕੱਪ ਦਾ ਫਿਕਰ ਆ ਬੋਲ ਸਾਹਮਣੇ ਫਿਰ ਮੇਰੇ। ਮੈਨੂੰ ਨਹੀਂ ਪਤਾ, ਵੇਖ ਲਓ ਕੰਮ ਵੀ ਮੈਂ ਕਰਦੀ ਹਾਂ ਤੇ ਨੰਬਰ ਇਹ ਬਣਾਉਂਦੀ ਆਪਣੇ। ਚੱਲ ਕੋਈ ਨਹੀਂ, ਹੁਣ ਤੇ ਅੱਖੀਂ ਵੇਖ ਲਿਆ ਮੈਂ, ਤੂੰ ਨਾ ਟੈਨਸ਼ਨ ਲੈ। ਚੰਗਾ ਹੁਣ ਹੁਣ ਨਹੀਂ ਤੈਨੂੰ ਕੋਈ ਕੁਛ ਕਹਿੰਦਾ, ਠੀਕ ਆ? ਉਹਨਾਂ ਵਿੱਚ ਲਾ ਕੇ ਤੁਸੀਂ ਵੀ ਮੇਰੇ ਦੁਆਲੇ ਹੁੰਦੇ। ਚੱਲ ਜੋ ਮੈਨੂੰ ਦਿਖਿਆ ਮੈਂ ਅੱਜ ਵੇਖ ਲਿਆ, ਸੱਚ ਵੇਖ ਲਿਆ ਸਾਰਾ ਕੁਛ। ਚੱਲ ਕਰ ਕੰਮ, ਧਿਆਨ ਨਾ ਕਰ।